போட்டிருப்பாங்க, பெட்டி வழி நடந்த ਇੱਥੇ ਤੇ ਮੈਂ ਰੋਜ਼ ਅੱਗ ਲਾ ਛੱਡਦੀ ਹਾਂ, ਅੱਜ ਕਿੱਥੇ ਚੱਲ ਗਿਆ ਹੈ। ਨਿੱਕੀ ਨੂੰ ਪੁੱਛਿਆ ਕਿ ਨਾ ਪੁੱਛਿਆ, ਉਹਨੇ ਤੇ ਮੇਰੇ ਗਾਲ ਹੀ ਪੈ ਜਾਣਾ। ਮੈਂ ਤੇ ਸਾਰਾ ਸੀਸਾ ਫਰੋਲ ਮਾਰਿਆ, ਮੈਂ ਤਾਂ ਪਾਊਡਰ ਨਹੀਂ ਲੱਭਾਗਾ। ਮੈਨੂੰ ਦੱਸ ਕੀ ਪਤਾ ਪਾਊਡਰ ਦਾ, ਮੈਂ ਤੇ ਆਪਣੇ ਨਿਆਣੇ ਤੋਂ ਆਪਣਾ ਪਾਊਡਰ ਲਿਆ ਜਾਂਦਾ। ਨਹੀਂ ਮੈਂ ਤੂੰ ਕਈ ਵਾਰੀ ਪਾਉਣ ਪੂਣ ਨੂੰ ਚੀਜ਼ ਫਾੜ ਹੀ ਲੈਣੀ ਆ, ਉਹਦੇ ਤੇ ਪਾਊਡਰ ਲੱਭਣ ਹੀ ਨਹੀਂ ਗਿਆ। ਤੇ ਨੇਰਾ ਦੀ ਗੱਲ ਆ, ਕਦੀ ਤੁਹਾਡੀ ਮਲਾਈਆਂ ਗਵਾਚ ਜਾਂਦੀਆਂ, ਕਦੀ ਤੁਹਾਡੀ ਪਾਊਡਰ, ਮੇਰਾ ਅੱਜ ਪਾਊਡਰ ਗਵਾਚ ਗਿਆ। ਮੈਨੂੰ ਕੀ ਪਤਾ, ਤੁਹਾਨੂੰ ਪਤਾ ਹੋ ਜਾ, ਉਹਨੂੰ ਪਤਾ ਫਿਰ ਚੜ ਕੋ ਤੇ ਲਾਉਣਾ ਹੁੰਦੀ, ਮੈਨੂੰ ਕੀ ਪਤਾ ਤੇ ਪਾਊਡਰ ਦਾ ਦੱਸ। ਤੈਨੂੰ ਚੇਤਾ ਕਰ, ਤੂੰ ਹੀ ਫੜਿਆ ਹੋਣਾ ਵਾ, ਹੁਣ ਉਹਦਾ ਨਾ ਨਾਂ ਲਾ ਦੀ। ਮੈਂ ਨਹੀਂ ਕਿਸੇ ਦਾ ਨਾਂ ਲਾਉਂਦੀ ਤੇ ਨਾ ਮੈਂ ਫੜਿਆ ਵਾ, ਮੈਂ ਤੇ ਨਿਆਣੇ ਜੋਸ ਬੇਬੀ ਪਾਊਡਰ ਲਿਆਉਂਦਾ ਹੁੰਦਾ, ਲਿਆਉਂਦਾ ਵਾ, ਉਹੀ ਲਾਉਂਦੀ। ਮੈਂ ਜਵਾਨ ਸਮੇਂ ਪਾਊਡਰ ਹੀ ਨਹੀਂ ਲਾਉਂਦੀ ਨਿਆਣੇ। ਤੂੰ ਇੱਕ ਦਿਨ ਮੈਨੂੰ ਪੁੱਛਣ ਨਹੀਂ ਦੀਦੀ ਆਹ ਪਾਊਡਰ ਕਿਹੜਾ, ਤੇ ਮੈਂ ਕਿਹਾ ਰੇ ਤੂੰ ਲਾ ਦੇ ਵਾਸ ਦੇ, ਪਿੱਤ ਬੜੀ ਨਿਕਲੀ ਆ, ਤੇ ਤੂੰ ਮੇਰੇ ਕੋ ਫੜ ਕੇ ਖੜਿਆ, ਮੁੜ ਕੇ ਤੂੰ ਦੋ ਤਿੰਨ ਵਾਰੀ ਲਾਉਂਦੀ ਨਹੀਂ ਰਹੀ। ਉਹ ਨਹੀਂ ਮੈਂ ਖੜਿਆ, ਬਸ ਤੁਹਾਨੂੰ ਕਹਿ ਦਿੱਤਾ ਕਿ ਨਹੀਂ ਖੜਿਆ, ਪਰ ਬਦੋ ਬਦੀ ਜਾਨ ਬਣਾਈ ਜਾਂਦੇ ਤੁਸੀਂ ਤੇ ਮੈਨੂੰ ਫਿਰ। ਇਹ ਹੁਣ ਤੈਨੂੰ ਕਿੰਨਾ ਗੁੱਸਾ ਲੱਗਾ, ਬਦੋ ਬਦੀ ਬਣਾਈ ਜਾਂਦੇ, ਤੇ ਉਹਨੂੰ ਗਰੀਬਣੀ ਨੂੰ ਤੂੰ ਬਦੋ ਬਦ ਬਣਾਉਂਦੀ ਵੀ ਮੇਰੀ ਬਲਾਈ ਲਾ ਲਈ, ਦੁੱਧ ਲਾ ਲਿਆ, ਇਦਾਂ ਕਰ ਲਿਆ। ਫਿਰ ਉਹੀ ਗੱਲ, ਜਦੋਂ ਸਬੂਤ ਹੀ ਹੈ ਨੀ ਤੇ ਉਹਨੂੰ ਕਿੱਦਾਂ ਕਹਿ ਦੇਂਗੀ ਵੀ ਉਹ ਚੁੱਕ ਕੇ ਲੈ ਗਈ। ਚੀਜ਼ਾਂ
ਜਿਵੇਂ ਅੱਜ ਮੇਰੀ ਚੋਰੀ ਫੜੀ ਚੱਲੀ ਆ, ਮੈਂ ਤੇ ਮਹਾਂ ਬਚੀ ਆ। ਉਹ ਨਿੱਕੀ ਜੀ ਮੇਰਾ ਖੈੜਾ ਨਹੀਂ ਛੱਡਦੀ, ਅੱਜ ਤੇ ਮੈਨੂੰ ਵੱਡੀ ਦੀਦੀ ਨੇ ਵੀ ਪੁੱਛ ਲਿਆ ਤੂੰ ਖੜਿਆ ਨੀ। ਉਹਨੂੰ ਮੇਰੇ ਤੇ ਸ਼ੱਕ ਹੁੰਦਾ ਜਾਂਦਾ, ਨਹੀਂ ਫਿਰ ਵੀ ਉਹਨੇ ਉਹਦੀ ਗੱਲ ਕੀਤੀ ਨਾ ਦਿੱਤੀ। ਅੱਜ ਮੈਂ ਕਹਿੰਦਾ ਥੋੜੇ ਪੈਸੇ ਦਿੱਤੇ ਮੇਰੇ ਦਾਦੀ ਬੈਠੂੰਗੀ, ਮੈਂ ਪੈਸੇ ਥੋੜੇ ਜਿਹੇ ਲੈ ਦੂੰਗੀ। ਛੇਤੀ ਛੇਤੀ ਕੰਮ ਕਰ, ਇੰਨਾ ਕੁਛ ਕਰ ਲਿਆ, ਪਾਊਡਰ ਵੀ ਲੈ ਗਈ, ਦੁੱਧ ਵੀ ਲੈ ਗਈ, ਤਾਂ ਨੀ ਮੇਰੇ ਤੇ ਸ਼ੱਕ ਹੋਇਆ। ਤੇ ਪੈ ਲੜੀ ਤੇ ਆਪ ਜਾਂਦੇ ਆ, ਇਹਨੇ ਸ਼ੱਕ ਤੇ ਨਿੱਕੀ ਦੇ ਕਰਨਾ। ਲੈ ਮੈਂ ਜਾਨੀ ਲੜਾਈ ਤੇ ਇਹਨਾਂ ਦੇ ਵਿੱਚ ਪੈਣੀ। ਲੈ ਜਾਣਾ ਪੰਮੋ ਇੱਥੇ ਡੇ ਪਈ ਅੱਜ ਬਾਹਰ। ਮੈਂ ਕਿਹਾ ਦੀਦੀ ਅੱਜ ਪਤਾ ਕੀ ਕਰਾਂਦੀ ਆ ਵੀ ਬਾਹਰ ਚੰਦਰ ਧੁੱਪ ਚੜ੍ਹਦੀ ਜਾਂਦੀ ਆ, ਅੱਜ ਬਾਹਰੋਂ ਕਰ ਲਾ ਮੈਂ ਠੀਕ ਨੀ ਤੇ ਮੈਂ ਬਾਅਦ ਛੇਤੀ ਚਲੇ ਜਾਣਾ ਵਾ ਤੇ ਮੈਂ ਬਾਅਦ ਚੰਦਰੋਂ ਇੱਕ ਕਰਕੇ ਪੋਚਾ ਲਾ ਕੇ ਫਿਰ ਮੈਂ ਅੰਦਰ ਕਰ। ਤੇ ਮੈਂ ਠੀਕ ਨੀ ਆਪ, ਮੈਂ ਕਿਹਾ ਚੱਲ ਅੰਦਰੋਂ ਲਾ ਦਿੰਦੀ ਨਹਾ ਧੋ ਕੇ ਤੇ ਮੈਂ ਅੰਦਰ ਲੰਮੇ ਪੈਂਦੀ। ਮੈਂ ਵੀ ਤੇ ਦੱਸ ਨਹੀਂ ਠੀਕ ਹੁੰਦੀ ਕੰਮ, ਮੈਂ ਤੂੰ ਇੰਨਾ ਕਰਾਉਂਦੀ ਆ ਪੈ ਮੈਨੂੰ ਇਹਦਾ ਮਤਲਬ ਮੈਂ ਜਵਾਬ ਨੀ ਦੇਣੀ। ਇਹਦਾ ਵੀ ਏਦਾਂ ਹੀ ਸੂਟ ਪਾਉਂਦਾ, ਇਮਾਨਦਾਰੀ ਨਾ ਕੱਖ ਨੀ ਬਣਦਾ। ਪੋਚੇ ਨਾ ਬਹਿ ਕੇ ਲਾਉਣੇ, ਅੱਜ ਰੈਂਬੋ ਨੀ ਲੈਣਾ, ਰੈਂਬੋ ਜਾ ਖਰਾਬ ਹੋਇਆ, ਲੱਛਾ ਖਰਾਬ ਹੋਇਆ। ਠੀਕ ਠੀਕ ਉਹਦੇ ਨਾਲ ਲਾਵੇ ਬਹਿ ਕੇ। ਦੀਦੀ ਬਹਿ ਕੇ ਪੋਚੇ ਕਿੱਥੇ ਲੱਗਣੇ, ਹੁਣ ਉਹਦੇ ਨਾਲ ਦਿੱਜੇ ਹੋਏ, ਮੈਂ ਉਹਦੇ ਨਾਲ ਪੋਚਾ ਝੱਟ ਸਗੋਂ ਲਾ ਲੈਣੀ। ਬਹਿ ਕੇ ਤੇ ਫਿਰ ਭੈਣਾ ਸਫਾਈ ਨੀ ਆਉਂਦੀ, ਉਹਦਾ ਲੱਛਾ ਜਾ ਖਰਾਬ ਹੋਇਆ ਪੋਚੇ ਦਾ। ਤੇ ਬਹਿ ਕੇ ਅੱਜ ਦੀ ਦਿਹਾੜੀ ਲਾ ਦੇ, ਸਿਰੇ ਲਿਆ ਦੂ, ਕੁਛ ਨੀ ਉਹ ਚੱਲਿਆ। ਮੈਨੂੰ ਨਾ ਜਵਾਬ ਦਿਆ ਕਰ, ਮੈਂ ਤਾਂ ਤੇਰੀ ਇੰਨੀ ਸਪੋਰਟ ਕਰਦੀ ਹਾਂ, ਤੂੰ ਮੈਨੂੰ ਜਵਾਬ ਆ ਦੇ ਨਹੀਂ ਦਿੱਤੇ। ਮੈਂ ਤਾਂ ਆਖਾਂਗੀ ਵੀ ਉਹਦੇ ਨਾਲ ਕਦੇ ਮੈਂ ਲਾ ਦਿੰਦੀ। ਠੀਕ ਆ ਕੁਛ ਨੀ, ਮੈਂ ਨਾ ਸਾਰੇ ਭਲੇ ਨਿਆਣੇ ਬਾਹਰ ਬਹਿ ਗਏ, ਫਿਰ ਮੈਂ ਅੰਦਰ ਹੀ ਵੀ ਕਰ ਲੂ ਸ਼ਿਦੀ ਤਰ੍ਹਾਂ। ਮੇਰਾ ਨੀ ਏਦਾਂ ਜੀ ਕਰਦਾ, ਮੈਂ ਸਾਰਾ ਕੰਮ ਕਰਾ ਕੇ ਫੇਰ ਹੀ ਮੈਂ ਨਹਾਉਣਾ। ਮੈਂ ਫਿਰ ਬਾਹਰ ਬਹਿੰਦੀ, ਬਾਹਰ ਬਹਿੰਦੀ, ਪੋਚਾ ਲਾ ਦੇ ਮੈਨੂੰ ਦੇਦੀ ਆਵਾਜ਼ ਤੇ ਮੈਂ ਨਹਾ ਕੇ ਫਿਰ ਅੰਦਰ ਵੜੂਗੀ। ਹਾਂ ਦੀਦੀ ਤੁਸੀਂ ਨਾ ਬਹਿ ਜਾਓ, ਮੈਂ ਤੁਹਾਨੂੰ ਉਹੀ ਆਖਣ ਰਹੀ ਹਾਂ ਵੀ ਬਾਹਰ ਬਹਿ ਜਾਓ, ਫਿਰ ਮੈਂ ਪੋਚਾ ਕਿੱਦਾਂ ਹੋ ਜਾਂਦਾ ਤੇ ਮਜ਼ਾ ਜੇ ਨੀ ਆਉਂਦਾ ਕੋਈ ਨੀ, ਮੈਂ ਨਾ ਲਾ ਦੂੰਗੀ ਪੋਚਾ, ਜੇ ਸੁੱਕ ਜੂਗਾ ਉਦੋਂ ਤੁਸੀਂ ਅੰਦਰ ਆ। ਚੱਲ ਠੀਕ ਹੈ ਠੀਕ, ਕਿੱਲੇ ਕਿੱਲੇ ਪੋਚੇ ਤੇ ਨਾ ਅੰਦਰ ਆ ਜਾਓ।
ਮੈਂ ਤਾਂ ਕਹਿਤਾ ਕਿ ਅੰਦਰ ਨਾ ਆਈ, ਹੁਣ ਚਲਾਉਂਦਾ ਨਾ ਮੇਰਾ ਕੰਮ ਹੋ ਜਾਣਾ, ਮੈਂ ਕਿਹੜੀ ਜ਼ਿਆਦਾ ਜਾਣੀ ਮੇਰਾ ਨਹੀਂ ਨਾ ਜੀ ਨਹੀਂ ਕਰਦਾ ਦੀਦੀ ਦਾ ਮਾਨ ਤੋੜਨ ਨੂੰ, ਬੜਾ ਤਬਾਹ ਕੀਤਾ ਪਰ ਕੀ ਕਰਾਂ, ਮੇਰੀ ਵੀ ਮਜਬੂਰੀ ਹੈ, ਰੱਬ ਜੀ ਵੇਂਦਾ ਹੀ ਮੈਂ ਮਜਬੂਰੀ ਵਰਤ ਕਰਦੀ ਨਾ, ਮੇਰੀ ਕੁੜੀ ਦਾ ਦੁੱਧ ਪੂਰਾ ਆਉਂਦਾ ਵਾ ਨਾ ਸਾਡੇ ਘਰ ਸੌਦਾ ਵਾ ਨਾ ਉਹ ਕੁਛ ਕਮਾ ਕੇ ਲਿਆ ਕੇ ਦਿੰਦਾ, ਉਹ ਜੋ ਕੁਛ ਕਮਾਉਂਦਾ ਮਾੜਾ ਮੋਟਾ ਬਾਰੇ ਖਾ ਪੀ ਕੇ ਆਉਂਦਾ, ਮੈਂ ਕਿਹੜਾ ਖੁਸ਼ੀ ਨਾਲ ਪੜ੍ਹਨ ਲੱਗੀ, ਮੈਂ ਤਾਂ ਘਰ ਦਾ ਗੁਜ਼ਾਰਾ ਹੀ ਕਰਨਾ, ਮੈਂ ਕੀ ਪੜ੍ਹਨਾ ਨਿੱਕੀ ਦਾ ਹੁੰਦਾ ਉਹਦੇ ਕੱਢਣੇ ਸੀ, ਵੱਡੀ ਦੀਦੀ ਨੇ ਦਿਨ ਤੇ ਮਾਣ ਬੜਾ ਕੀਤਾ ਸੀ ਪਰ ਹੁਣ ਕੀ ਕਰਾਂ, ਹੁਣ ਕੀ ਕਰ ਸਕਦੇ ਤੇ ਮਜ਼ਬੂਰੀਆਂ ਬੜਾ ਕੁਛ ਕਰਾ ਦਿੰਦੀਆਂ, ਮਜ਼ਬੂਰੀ ਕਰਾਉਣ ਦੀ ਮੇਰਾ ਕਿਹੜਾ ਜੀ ਕਰਦਾ ਕਿ ਐਵੇਂ ਕਰਾਂ, ਇੰਨਾ ਚਿਰ ਹੋ ਗਿਆ ਉਦੋਂ ਦਾ ਨਹੀਂ ਮੈਂ 10 ਸਾਲ ਹੋ ਗਏ ਤਾਂ ਕੀਤਾ, ਹੁਣ ਮੇਰਾ ਮਾਣ ਅੱਕ ਗਿਆ, ਇਮਾਨਦਾਰੀ ਨਾਲ ਕੱਖ ਨਹੀਂ ਬਣਦਾ, ਪਾਣੀ ਬਦਲ ਲਿਆ ਰੱਖਣਾ ਇਹਦੀ ਪੋਚਾ ਲਾਈ ਜਾਂਦੀ ਵਾਰ, ਦੀਦੀ ਹੁਣ ਲੱਗੀ ਹੈ ਜਦ ਲਾਉਣ, ਹੁਣ ਇੱਥੇ ਰਹੋ ਫਿਰ ਮੈਂ ਪੋਚਾ ਪਾਚਾ ਲਾ ਕੇ ਫਿਰ ਹੀ ਅੰਦਰ ਜਾਏ, ਚੰਗਾ ਚੰਗਾ ਲਾ ਇੱਥੇ ਹੀ ਆ, ਕੀ ਧਰਨਾ ਅੱਜ ਆਪਾਂ ਵੇਖ ਲਓ ਦੀਦੀ ਕੀ ਧਰਨਾ, ਪਤਾ ਨਹੀਂ ਧਰਨਾ ਨਹੀਂ ਕੁਛ ਲੱਭਦਾ ਹੈਗਾ, ਅੱਜ ਕੀ ਬੰਦਾ ਧਰੇ ਰਾਤੀ ਹਜੇ ਦਾਲ ਧਰੀ ਹੈ ਕਈ ਸਬਜ਼ੀ ਧਰਨੀ ਹੋਈ, ਆਲੂ ਉਲੂ ਬਣਾ ਲੈਂਦੇ ਬਾਕੀ
ਕਰ ਲਿਆ ਕੰਮ। ਹਾਂਜੀ ਕਰ ਲਿਆ।
ਪਰ ਨਹੀਂ ਸਾਡੀ ਟਿੱਕੀ ਵੀ ਨਾ ਮੰਨਦੀ ਗੜਵੀ ਭਰਦਾ ਹਾਂਜੀ ਭਰ ਦੋ ਪ੍ਰੀਤ ਕਿਉਂ ਮੈਨੂੰ ਏਦਾਂ ਆਵਾਜ਼ ਮਾਰ ਕੇ ਨਹੀਂ ਮੈਂ ਨਹਾਉਣਾ ਮਰਨਾ ਗਰਮੀ ਲੱਗਣ ਦੀ ਆ ਮੈਂ ਚੱਲੀ ਆ ਮੈਨੂੰ ਕਾਹਦੇ ਰੋਕਿਆ ਤੇ ਘਰੇ ਪਰੌਣੇ ਆਏ ਵਿਚਾਰੀ ਦੇ ਘਰ ਆਹੋ ਚੱਲ ਜਾਂਦੀ ਮੈਂ ਕਦੋਂ ਰੱਖਿਆ ਚੱਲ ਜਾਣਗੇ ਪਹਿਲਾਂ ਚੈਕਿੰਗ ਕਰੋ ਇਹਦੀ ਥੋੜੀ ਜਿਹੀ ਮਾੜੀ ਦੀਦੀ ਮੈਂ ਜਾਵਾਂ ਮੈਨੂੰ ਛੇਤੀ ਹੈ ਪਰਮੋ ਕੀ ਗੱਲ ਹੋਈ ਹੈ ਕਿਉਂ ਐਡੀ ਤਪੀ ਫਿਰਦੀ ਫੋਨ ਲੈਣਾ ਕੀ ਫੋਨ ਮੈਂ ਕੰਮ ਤੋਂ ਹਟ ਜਾ ਮੈਂ ਨਹੀਂ ਆਇਆ ਕਰਨਾ ਸਵੇਰ ਨਾ ਨਾ ਪੈਣ ਹਟੀ ਨਾ ਇਦਾਂ ਨਾ ਕਰੀ ਕੀ ਫੋਨ ਤੇ ਮੇਰੇ ਕੋ ਚੱਕਰ ਚੱਕ ਫਿਰ ਇੱਧਰ ਵੇਖ ਲਓ ਮੜਾ ਜਾ ਵੇਖ ਲਓ ਇੱਧਰ ਆ ਵੇਲਾ ਕੀ ਕਰਨ ਦੀ ਚੋਰੀਆਂ ਕਰਨ ਦੀ ਅਲਮਾਰੀ ਚ ਪੈਸੇ ਕੱਢ ਕੇ ਲੈ ਗਈ ਅਲਮਾਰੀ ਚ ਪੈਸੇ ਕੱਢ ਕੇ ਤੁਹਾਡੀ ਚ ਉਹਦੇ ਪਾਊਡਰ ਵੀ ਇਹੋ ਚੁੱਕ ਕੇ ਲੈ ਕੇ ਗਈ ਹੁਣੀ ਤੇ ਨਾ ਤੁਸੀਂ ਮੇਰਾ ਲਾਤਾ ਕੀਤਾ ਹੀ ਗੰਡੇ ਵੀ ਚੁੱਕੇ ਹੋਏ ਮੈਨੂੰ ਤੇ ਗੰਡਿਆਂ ਦਾ ਪਤਾ ਹੀ ਨੀ ਸੀ ਪੈਸੇ ਕਿੱਥੇ ਉਹ ਕੱਢ ਦਵਾ ਦੀਦੀ ਹੈ ਨੀ ਕਿਸੇ ਚੀਜ਼ ਦੀ ਲੋੜ ਸੀ ਤੂੰ ਮੇਰੇ ਤੋਂ ਮੰਗ ਲੈਂਦੀ ਮੈਂ ਤੈਨੂੰ ਨਾ ਦਿੰਦੀ
ਤੂੰ ਮੇਰਾ ਇੰਨਾ ਵੱਡਾ ਯਕੀਨ ਤੋੜਿਆ, ਇੰਨਾ ਭਰੋਸਾ ਮੈਂ ਆਪਣੀ ਜਾਨ ਨਾਲ ਲਾ ਦਿੱਤਾ। ਕਿੰਨਾ ਯਕੀਨ ਕਰਦੇ ਤੁਸੀਂ ਆ ਗੌਣ ਪਾਇਆ ਪੈਸੇ ਕਿੱਥੇ? ਪੈਸੇ ਕੱਢੋ ਤਾਂ ਵਧਾ, ਪੈਸੇ ਨਹੀਂ ਮੈਂ ਕੱਢੇ, ਮੈਂ ਤਾਂ ਗੰਢੇ ਸਿਰਫ ਲੈ ਸਕਦੀ। ਮੈਂ ਆਪ ਵੇਖਿਆ ਤੁਹਾਨੂੰ ਪੈਸੇ ਕਿੱਦਾਂ ਨਹੀਂ ਤੁਸੀਂ ਕੱਢੇ, ਕਿੱਥੇ ਬੰਨੇ ਅੱਛੇ ਸੀ ਕੱਢੋ ਇੱਧਰ, ਆ ਵੇਖ ਲੈ ਪੈਸੇ ਬੰਨੇ ਤੇ ਨਾ ਤੂੰ ਮੇਰੀ ਮੇਰਾ ਲਾ ਦੇਣਾ। ਇੱਥੇ ਮੇਰੀ ਦਵਾਈ ਮੈਂ ਲਿਆਂਦੀ ਹੈ ਤੇ ਕੋਈ ਨਹੀਂ ਵੇਖ ਲੈਣੇ ਹੁਣੇ ਕਿਹੜੀ ਦਵਾਈ ਹੈ ਤੇਰੀ ਮਜਬੂਰੀ। ਆ ਵੇ ਆ ਪੈਸੇ ਕੱਢੇ ਨੇ ਤੁਹਾਡੇ, ਕੱਢੋ ਪੈਸੇ ਆਪਣੇ ਤੇ ਨਾ ਤੁਸੀਂ ਮੇਰਾ ਲਾ ਦੇਣਾ। ਬਾਅਦ ਚੋਂ ਵੀ ਤੂੰ ਕੱਢ ਲੈ, ਪਾਊਡਰ ਦਾ ਵੀ ਤੁਸੀਂ ਮੇਰਾ ਨਾਂ ਲਾ ਪਾਊਡਰ ਵੀ ਲਗਾਈ। ਹੁਣ ਸੱਚੋ ਸੱਚ ਦੱਸ ਦੇ ਪਾਊਡਰ ਵੀ ਲਗਾਈ? ਨਹੀਂ ਕਿ ਕਹਿੰਦਾ ਦੁੱਧ ਤੇ ਆਓ, ਦੁੱਧ ਖੜਿਆ ਨਾ ਕੱਢ ਕੇ ਖੜਿਆ ਨਾ ਵੱਧ ਦੁੱਧ ਕੱਢ ਕੇ ਖੜਿਆ ਮੈਂ ਸਾਜੀ ਗਾ ਬਸ ਪੈਸੇ ਤੇ ਚੋਰੀ ਫੜੀ ਗਈ ਹੁਣ ਤੇ ਮੰਨ ਜੋ ਪੰਮੋ। ਸੱਚੋ ਸੱਚ ਦੱਸ ਦੇ ਮੇਰੇ ਮੈਂ ਤੋੜਿਆ ਪੰਮੋ, ਹੁਣ ਸੱਚੋ ਸੱਚ ਦੱਸ ਦੇ, ਸੱਚ ਤਾਂ ਤੇਰਾ ਸਾਹਮਣੇ ਆ ਹੀ ਗਿਆ, ਪਾਊਡਰ ਦਾ ਤੇ ਦੁੱਧ ਦਾ ਵੀ ਦੱਸ ਦੇ। ਮੈਂ ਇੰਨਾ ਯਕੀਨ ਕੀਤਾ ਨੀ ਤੈਨੂੰ, ਭੈਣਾ ਵਾਂਗੂ ਸਮਝਿਆ, ਕੰਮ ਵਾਲੀ ਤਾਂ ਸਮਝਿਆ ਹੀ ਨਹੀਂ। ਇੰਨਾ ਵੱਡਾ ਪ੍ਰੂਫ ਦੇਤਾ ਤੁਹਾਨੂੰ, ਅਜੇ ਵੀ ਤੁਸੀਂ ਦੁੱਧ ਦਾ ਪੁੱਛਣ ਦਏ? ਮੈਂ ਆਪਣੀ ਦਰਾਣੀ ਨਾਲ ਲੜਦੀ ਰਹੀ, ਮੈਂ ਆਪਣਾ ਘਰ ਨਾ ਵੇਖਿਆ ਕਿ ਸਾਡਾ ਘਰ ਪਾਟ ਹੋਊਗਾ। ਮੈਂ ਮੰਨਦੀ ਮੈਂ ਤਾਂ ਗਲਤੀ ਹੋ ਗਈ ਖੜਿਆ ਮੈਂ, ਇਹ ਕਾਹਦੀ ਗਲਤੀ ਹੋ ਗਈ? ਤੈਨੂੰ ਜਰਾ ਸ਼ਰਮ ਆਈ ਜਦੋਂ ਮੈਂ ਇਹਦੇ ਨਾਲ ਲੜਦੀ ਹਾਂ? ਤੈਨੂੰ ਜਰਾ ਸ਼ਰਮ ਆਈ? ਮੇਰੀ ਮਜਬੂਰੀ ਸੀ, ਮੇਰਾ ਨਹੀਂ ਜੀ ਕਰਦਾ ਇਹ ਕਾਰਨ ਨੂੰ, ਮੇਰੇ ਘਰੇ ਹੈ ਨਹੀਂ ਪੈਸੇ। ਤੁਸੀਂ ਮੰਗ ਲੈਂਦੇ ਅੱਗੇ ਜ਼ਬਾਨਾਂ ਮੰਗਦੇ, ਤੁਹਾਨੂੰ ਚੀਜ਼ ਦਿੰਦੇ ਕਦੋਂ ਦਾ ਤੁਸੀਂ ਸਾਡੇ ਘਰੇ ਕੰਮ ਕਰਦੇ ਹੋ? ਹੁਣ ਆਪਾਂ ਕੰਮ ਵਾਲੀਆਂ ਲੋਨ ਜੋਗੀਆਂ ਨਹੀਂ ਰਹਿ ਗਈਆਂ, ਅੱਧੀ ਜ਼ਬਾਨ ਨਾਲ ਤੂੰ ਲੀੜੇ ਮੰਗੇ, ਮੈਂ ਤੈਨੂੰ ਕੱਪੜੇ ਵੀ ਦਿੱਤੇ ਪਾਉਣ ਨੂੰ, ਬਿਮਾਰੀ ਪੈ ਗਈ ਸੀ। ਪਤਾ ਕੀ ਮੈਨੂੰ ਕਦੀ ਨੀ, ਮੈਂ ਤੁਹਾਡਾ ਅੱਗੇ ਕੁਛ ਨੀ ਕਰਿਆ, ਗਲਤੀ ਨੀ ਜਾਣ ਬੁੱਝ ਕੇ ਗਲਤੀ ਕੀਤੀ, ਗਲਤੀ ਦੀਦੀ ਮੈਨੂੰ ਮਾਫ਼ ਕਰ ਦੋ, ਮੈਂ ਅੱਗੇ ਕਦੀ ਨੀ ਕੀਤਾ, ਜੋ ਦੀਦੀ ਮੇਰੇ ਨਾਲ ਕਰ ਲੱਗ ਪਈ। ਮਾਫ਼ੀ ਕਦੀ ਨੀ, ਚੱਲ ਜਾਏ ਮੈਨੂੰ ਮਾਫ਼ ਕਰ ਦੇ, ਵੇਖ ਲਾ ਇੱਕੇ ਵਾਰ ਮਾਫ਼ ਕਰ ਦੇ, ਮੈਂ ਕਦੀ ਨੀ ਗਾਂ ਕਰ। ਦੀਦੀ ਵੇਖ ਲਾ ਮੈਨੂੰ ਇੱਕੋ ਮਾਫ਼ੀ ਦੇ ਦੇ, ਤੂੰ ਬਰੇ ਚੱਲ ਜਾ ਬਸ, ਹੁਣ ਹੁਣ ਕੋਈ ਮਾਫ਼ੀ ਨਹੀਂ, ਤੂੰ ਮੇਰਾ ਯਕੀਨ ਤੋੜਿਆ, ਕੋਈ ਮਾਫ਼ੀ ਦੇ ਦੋ ਮੈਨੂੰ। ਨਾ ਨਾ ਕੋਈ ਮਾਫ਼ੀ ਮੂਫੀ ਨਹੀਂ, ਗਲਤੀ ਹੁੰਦੀ ਹੈ ਇੱਕ ਤਾਂ ਤੂੰ ਮੇਰਾ ਕੰਮ ਕਰ ਲਈਆਂ, ਨਾ ਨਾ ਕੋਈ ਮਾਫ਼ੀ, ਅੱਜ ਮੇਰੇ ਘਰ ਵੜ ਗਈ ਹੈ, ਤੂੰ ਹਜੇ ਸ਼ੁਕਰ ਕਰ ਮੈਂ ਤੈਨੂੰ ਛਿੱਤਰ ਨਹੀਂ ਫੇਰੇ ਤੇ ਮੇਰੇ ਘਰੋਂ ਚਲੀ ਜਾਵਾਂ, ਗਾਂ ਤਾਂ ਮੇਰੇ ਘਰੇ ਨਹੀਂ ਵੜਨੀ ਚਾਹੀਦੀ, ਤੂੰ ਨਿਕਲ ਜਾ ਇੱਥੋਂ। ਦੀਦੀ ਇੱਕੋ ਮਾਫ਼ੀ ਦੇ ਦਿੰਦੇ, ਮੈਂ ਨਹੀਂ ਕਰ ਸੀ ਗਾਂ, ਨਹੀਂ ਮਾਫ਼ੀ, ਮੈਂ ਤਾਂ ਜੀਤ ਕਰਦਾ ਤੇਰੀਆਂ, ਮੈਂ ਲੱਤਾਂ ਤੋੜ ਕੇ ਖਲਾਵਾਂ, ਤੂੰ ਸ਼ੁਕਰ ਕਰ ਮੈਂ ਤੈਨੂੰ ਕਹਿਣ ਕੱਖ ਨਹੀਂ ਗਈ ਅਜੇ। ਦੀਦੀ ਮੈਨੂੰ ਇੱਕ ਵਾਰੀ ਮਾਫ਼ ਕਰ ਦੇ, ਮੈਂ ਗਾਂ ਤੂੰ ਮੈਨੂੰ ਮਾਫ਼ ਕਰ ਦੇ, ਜਿਹੜਾ ਮੈਂ ਤੇਰੇ ਤੇ ਇੰਨਾ ਭਰੋਸਾ ਕੀਤਾ ਨਾ, ਤੂੰ ਮੈਨੂੰ ਮਾਫ਼ ਕਰ ਦੇ। ਦੀਦੀ ਮੈਂ ਕੰਮ ਨਹੀਂ ਕਰਨਾ, ਮੈਂ ਤੁਹਾਨੂੰ ਪਤਾ ਮੈਨੂੰ ਮੇਰੇ ਘਰੇ ਵੜਨੀ ਨਹੀਂ ਚਾਹੀਦੀ ਇਸ ਤੋਂ ਬਾਅਦ, ਨਾਲੇ ਮੈਂ ਵੇਖੂ ਤੈਨੂੰ ਕੌਣ ਇੰਨਾ ਦੁੱਧ ਦਿੰਦਾ, ਕੌਣ ਤੈਨੂੰ ਇੰਨਾ ਲੀੜਾ ਲੱਤਾ ਦਿੰਦਾ ਤੇ ਕੌਣ ਤੇਰੇ ਤੇ ਇੰਨਾ ਭਰੋਸਾ ਕਰਦਾ। ਬੱਤੀ ਬੱਤੀ ਆਂਢ ਗੁਆਂਢ ਦੀ ਗੱਲਾਂ ਕਰਦੀਆਂ, ਮੈਂ ਯਕੀਨ ਨਹੀਂ ਕਰਦੀ, ਮੈਂ ਆਪਣੀ ਦਰਾਣੀ ਤੇ ਨਹੀਂ ਕੀਤਾ, ਮੈਂ ਆਪਣੇ ਘਰ ਵੱਲ ਨਹੀਂ ਵੇਖਿਆ, ਸਾਡੇ ਘਰ ਪਾਟੂਗਾ ਕੀਤਾ ਇੰਨੇ ਚਿਰ ਦਾ ਕੰਮ, ਆਸਿਫ ਪਹਿਲੀ ਨਾ ਮੈਂ ਕੀਤਾ, ਮੈਂ ਉਹਨੂੰ ਵਿਚਾਰੀ ਨੂੰ ਵੀ ਬੋਲ ਲੈਣੀ ਹਾਂ ਪਰ ਅੱਗੋਂ ਨੇ ਮੈਨੂੰ ਕਦੀ ਜਵਾਬ ਨਹੀਂ ਦਿੱਤਾ, ਹੁਣ ਮੈਂ ਤਾਂ ਉਹਦੀਆਂ ਨਜ਼ਰਾਂ 'ਚ ਵੀ ਗਿਰ ਗਈ, ਉਹਨੇ ਨਾ ਮੈਨੂੰ ਛੱਡ ਕੇ ਉਹਦੇ ਯਕੀਨ ਹੋ ਗਿਆ। ਨਿੱਕੇ ਨਿੱਕੇ ਬੱਚੇ ਆ, ਮੈਂ ਬੱਚਿਆਂ ਦਾ ਪਹਿਲਾਂ ਨਾ ਤੈਨੂੰ ਆਇਆ ਸ਼ਰਮ ਨਾ ਆਈ ਤੈਨੂੰ ਬੱਚਿਆਂ ਦਾ, ਅੱਜ ਤੈਨੂੰ ਬੱਚਿਆਂ ਦਾ ਚੇਤਾ ਆ ਗਿਆ, ਤੂੰ ਦੁੱਧ ਮੰਗਿਆ, ਮੈਂ ਨਹੀਂ ਕਿਹੜੀ ਦੁੱਧ ਦੀ ਭਰੀ, ਦੱਸ ਨਹੀਂ ਭਰੀ ਭਰੋਸਾ ਤੋੜਿਆ ਜ਼ਿੰਦਗੀ 'ਚ ਮੇਰੇ, ਕਦੇ ਮੈਂ ਗਲੀ ਰਾਹ ਲੰਘ ਜਾਵਾ ਮੇਰੇ ਮੱਥੇ ਨਾ ਲੱਗੀ। ਚੱਲ ਜਾ ਮੈਂ ਕਿੱਥੇ ਜਾਊਂਗੀ। ਮੈਨੂੰ ਮਾਫ਼ ਕਰ ਦੇ ਵੇਲਾ, ਮੇਰਾ ਕਿੰਨਾ ਵੱਡਾ ਯਕੀਨ ਤੋੜ ਕੇ ਗਈ, ਮੈਂ ਤਾਂ ਇੰਨਾ ਯਕੀਨ ਕੀਤਾ ਤੈਨੂੰ, ਇੰਨਾ ਮਾੜਾ ਚੰਗਾ ਬੋਲੀ ਮੇਰੀ ਭੈਣ ਵੇਲਾ, ਮੈਂ ਆਪਣੇ ਘਰ ਵੱਲ ਤਾਂ ਵੇਖਿਆ ਨਾ ਵੀ ਘਰ 'ਚ ਹੀ ਪਾਟਕ ਪਾਉਂਦੇ ਤੇ ਉਹਦੇ ਬਕਾਨੀ ਤੇ ਯਕੀਨ ਕਰ ਲਿਆ ਤੇ ਤੈਨੂੰ ਆਪਣੀ ਹੋ ਕੇ ਤੇਰੇ ਤੇ ਮੈਂ ਕੀਤਾ ਨਾ ਵੇਲਾ, ਭੈਣ ਬਣ ਕੇ ਮਾਫ਼ ਕਰ ਦੇ, ਗੱਲ ਨਾ ਮਨ 'ਚ ਕੋਈ ਵੀ ਰੱਖੀ। ਜੀਤ ਨੀ ਮੇਰਾ ਕਰਦਾ, ਚੱਲ ਹੁਣ ਮੈਂਬਰ ਉਹ ਕਰਦੇ, ਹੁਣ ਕਰਨਾ ਪੈਣਾ, ਪਰ ਇਹ ਆ ਕਿ ਇੰਨਾ ਯਕੀਨ ਨਹੀਂ ਕਰਨਾ ਚਾਹੀਦਾ ਕੰਮ ਵਾਲਿਆਂ ਤੇ, ਇੰਨੀ ਖੁੱਲ੍ਹ ਦਿੱਤੀ ਹੋਈ ਤੁਸੀਂ, ਚਾਬੀਆਂ ਵੀ ਉਹਨਾਂ ਦੇ ਸਾਹਮਣੇ ਡਾਇਰੈਕਟ ਹੀ ਰੱਖ ਦਿੰਦੇ ਹੋ, ਤੇ ਹੁਣ ਜੇ ਪੈਸੇ ਚੁੱਕ ਕੇ ਲੈ ਗਈ ਤੁਸੀਂ ਨਾਲ ਆਉਣਾ ਸਿਰਫ ਮੇਰਾ, ਜੇ ਮੇਰੇ ਕੋਲ ਪ੍ਰੂਫ ਨਾ ਹੁੰਦਾ ਤੇ
ਪਾਣੀ ਪੀਆ ਪਾਣੀ ਪਿਆ ਨਾਲ ਲਿਆ ਗੰਡਾ ਟੋਟਾ ਚੀਰ ਮੈਂ ਲੈ ਕੇ ਆਉਂਦੀ ਗੰਡਾ ਤੂੰ ਇੱਥੇ ਰਹੋ ਠੀਕ ਆ ਹਾਂ ਗੰਡਾ ਲੈ ਆਉਂਦੀ ਨਾਲੇ ਪਾਣੀ ਮੈਂ ਹੁਣ ਸ਼ੋਪ ਬਣਾ ਲੈਂਦੇ ਆ ਲੋਨੀ ਤੇ ਰਾਤ ਦਾ ਵੀ ਸਰ ਜੂਗਾ ਠੀਕ ਆ ਜਾਂ ਲਿਆ ਗੰਡਾ ਥੋਮ ਦੀਆਂ ਗੰਡੀਆਂ ਦੋ ਫੜੀ ਨਹੀਂ ਤੇ ਲਿਆ ਚੀਰ ਲੜ ਗਏ ਇੱਥੇ ਬੈਠੇ ਆ ਮਾਵਾ ਮੈਂ ਲੈ ਕੇ ਆਈ ਹੁਣੇ ਉਦਾਂ ਨਾ ਮੈਨੂੰ ਵੀ ਸੋਚਣਾ ਸਮਝਾ ਚਾਹੀਦਾ ਵੀ ਜਿਹੜਾ ਤੂੰ ਇੰਨਾ ਉਹਨੂੰ ਕਹਿੰਦੀ ਕੋਈ ਗੱਲ ਹੋਊਗੀ ਮੈਂ ਤਾਂ ਆਖਿਆ ਵੈਸੇ ਤੂੰ ਇਹਨੂੰ ਨਫ਼ਰਤ ਕਰਦੀ ਮੈਂ ਉਦੋਂ ਤੁਹਾਨੂੰ ਤਾਂ ਨਹੀਂ ਦੱਸਿਆ ਕਿਉਂਕਿ ਹੋ ਸਕਦਾ ਤੂੰ ਮੇਰੇ ਤੋਂ ਪ੍ਰੂਫ ਨਾ ਬਣਦਾ ਮੈਂ ਤੁਹਾਨੂੰ ਮੈਂ ਤਾਂ ਦੱਸਣ ਲੱਗੀ ਹਾਂ ਕਿ ਮੈਂ ਪ੍ਰੂਫ ਦੇ ਨਾਲ ਹੀ ਹੁਣ ਤੁਹਾਨੂੰ ਮਿਲੂੰਗੀ ਹੁਣ ਇੱਥੇ ਪੈਸੇ ਚੁੱਕ ਕੇ ਲੈ ਗਏ ਪਾਊਡਰ ਚੁੱਕ ਲਿਆ ਉਹਨਾਂ ਨੇ ਦੁੱਧ ਚੁੱਕ ਲਿਆ ਜਦੋਂ ਮੈਂ ਗੱਲ ਕਰਦੀ ਤੁਸੀਂ ਗਾੜੀ ਕਰਦੇ ਇੰਨੇ ਚਿਰ ਦਾ ਕੰਮ ਕਰਦੇ ਇੰਨੇ ਚਿਰ ਦਾ ਕੰਮ ਪਰ ਪ੍ਰੀਤ ਭਰੋਸਾ ਬਣਿਆ ਸੀ ਜਿਹੜੇ ਇੰਨੇ ਚਿਰ ਦਾ ਕੰਮ ਕਰਦੇ ਆ ਨਾ ਉਹੀ ਇਹ ਕੁਛ ਕਰਦੇ ਹੁੰਦੇ ਇੱਕ ਦੋ ਦਿਨ ਨਹੀਂ ਆਣ ਕੇ ਬੰਦਾ ਇਦਾਂ ਕਰਦਾ ਸਹੀ ਗੱਲ ਇਹਨੇ ਭੇਤ ਪਾ ਲਿਆ ਸੀ ਭੇਤ ਪਾ ਲਿਆ ਆਪਣਾ ਉਹਨੂੰ ਪਤਾ ਚਿਣ ਮੇਰੇ ਸਾਹਮਣੇ ਡਾਇਰੈਕਟ ਚਾਬੀਆਂ ਸੁੱਟ ਛੱਡਦੀਆਂ ਵਾ ਇੰਨਾ ਮੇਰੇ ਤੇ ਅੱਖਾਂ ਬੰਦ ਕੇ ਚੀਜ਼ ਕਰਦੀਆਂ ਉਹਦਾ ਨਾ ਬੜੀਆਂ ਹੀ ਖਬਰਾਂ ਆਉਂਦੀਆਂ ਜਿੱਪ ਕੰਮ ਵੀ ਉਹੀ ਬੰਦਾ ਕਰਦਾ ਜਿਹੜਾ ਭੇਤ ਪਾ ਲੈਂਦਾ ਕਦੀ ਵੀ ਆਂਦੇ ਲੰਮੇ ਸਮੇਂ ਵਾਲਾ ਬੰਦਾ ਘਰ 'ਚ ਨਹੀਂ ਰੱਖਣਾ ਚਾਹੀਦਾ ਭੇਤ ਪਾ ਕੇ ਜ਼ਰੂਰ ਕੋਈ ਨਾ ਕੋਈ ਖਰਾਬੀ ਕਰਦਾ ਵਾ ਚੁੱਕ ਲਿਆ ਵਾ ਇਹਨੇ ਆਪਾਂ ਨੂੰ ਪਰਖ ਲਿਆ ਇੰਨੇ ਚਿਰ ਦੀ ਤੂੰ ਲੱਗੀ ਸੀ ਇਹਨੇ ਆਪਣਾ ਭੇਤ ਪਾ ਲਿਆ ਭੇਤ ਭੇਤ ਚ ਇਹਨੇ ਆਹ ਕੰਮ ਕੀਤਾ ਕਦੀ ਵੀ ਆਂਦੇ ਬੰਦਾ ਇੰਨਾ ਚਿਰ ਘਰ ਕੰਮ 'ਚ ਰੱਖਣਾ ਹੀ ਨੀ ਚਾਹੀਦਾ ਤੇ ਬਦਲ ਲੈਣਾ ਚਾਹੀਦਾ ਤੇ ਜਾਂ ਫਿਰ ਇੰਨਾ ਭਰੋਸਾ ਨਹੀਂ ਕਰਨਾ ਚਾਹੀਦਾ ਜਿਹੜੀ ਉਹਦੀ ਜਗ੍ਹਾ ਨੂੰ ਉੱਥੇ ਰੱਖਣਾ ਚਾਹੀਦਾ ਵਾ ਗਲਤੀ ਹੋ ਗਈ ਚੱਲ ਚੱਲ ਮੇਰੀ ਭੈਣ ਤੂੰ ਨਾ ਗੁੱਸਾ ਕਰੀ ਚੰਗਾ ਚੱਲ ਕੋਈ ਨੀ ਮਾਫ਼ ਕਰੀ ਮੇਰੀ ਭੈਣ ਹੁਣ ਕਿ ਮੈਨੂੰ ਤੇ ਸੋਚ ਆਉਂਦੀ ਕੰਮ ਕਿੱਦਾਂ ਕਰਿਆ ਕਰਾਂਗੀ ਕੋਈ ਨੀ ਕਰ ਲਾਂਗੇ ਮਾੜਾ ਚੰਗਾ ਕੰਮ ਹੁਣ ਨੀ ਆਪਾਂ ਲਾਉਣੀ ਕੋਈ ਵੀ ਕੋਈ ਵੱਡਾ ਨੁਕਸਾਨ ਹੋ ਗਿਆ ਤੇ ਮੇਰੇ ਕਿਹਨੂੰ ਕਹਿਣਾ ਤੇ ਕਿਹਨੂੰ ਕਰਨਾ ਬੜਾ ਟੈਨਸ਼ਨ ਜੀ ਪੈ ਗਈ ਮੈਨੂੰ ਤੇ ਸਬਜ਼ੀ ਵੀ ਨੀ ਧਰੀ ਹਜੇ ਨਹਾਉਣ ਵਾਲੀ ਵੀ ਆ ਮੈਂ ਇਹਨਾਂ ਦੇ ਸਿਆਪੇ ਕਰਦੇ ਆ ਜਿਵੇਂ ਚੋਰੀ ਕਰ ਲਈ ਨਾ ਇਹਨਾਂ ਦੀ ਤਰੀਕੀ ਵੀ ਨਾ ਇਹ ਪੇਸਾ ਦਾ ਜਾਣ ਨਾ ਇੱਦਾਂ ਮੈਂ ਕਰਦੀ ਕਮਾਉਣ ਜੋਗਾ ਹੁੰਦਾ ਅਤੇ ਕੁੱਕ ਕਮਾਈ ਨਾ ਕੁੱਲ ਬਣਦਾ ਕਿੱਥੇ ਬਣੇ ਦਿਮਾਗ 'ਤੇ ਮੇਰਾ ਤਾਂ ਚਲਾ ਗਿਆ ਘਰੇ ਲੂਣ ਮਿਰਚ ਵੀ ਹੈਗੇ ਕੱਖ ਵੀ ਹੈਗੇ ਅਤੇ ਨਾ ਇਹਨੂੰ ਅੱਖ ਫਿਰ ਮੈਂ ਕੱਲੀ ਕੀ ਕਰਾਂ ਜੀ ਨੇ ਖਾ ਖਾ ਕੇ ਜੀ ਨੇ ਸ਼ੈਤਾਨ ਨਿਕਲੀ ਮੈਨੂੰ ਕੀ ਪਤਾ ਸੀ ਇਹਨੇ ਵੇਖ ਲਿਆ ਇਹਨੇ ਕਿਹੜੇ ਵੇਲੇ ਵੇਖ ਲਿਆ ਨਿੱਕੀ ਦੀਦੀ ਨੇ ਮੈਨੂੰ ਧੱਕੇ ਮਾਰ ਕੇ ਕਰਕੇ ਮੈਂ ਤਾਂ ਆਖਿਆ ਚੱਲ ਮੈਂ ਗਾਹ ਨਹੀਂ ਕਰਦੀ ਮੈਨੂੰ ਕੰਮ ਅਤੇ ਜੇ ਇਹਨਾਂ ਸਾਰ ਨਾ ਲੈ ਤਾਂ ਲਾਗੇ ਲਾਗੇ ਮੈਨੂੰ ਤਾਂ ਕਿਸੇ ਨੇ ਵੀ ਨਹੀਂ ਕੰਮ 'ਤੇ ਰੱਖਣਾ ਸਾਰਿਆਂ ਨੇ ਢਾਹ ਦੇਣਾ ਢਾਹ
ਮੈਂ ਕਿੱਥੇ ਜਾਊਂਗੀ, ਮੈਨੂੰ ਤੇ ਘਰ ਛੱਡਣਾ ਪੈ ਜੂ, ਕਿੱਥੇ ਜਾ ਕੇ ਝੁੱਗੀ ਪਾਊਂ ਹੁਣ। ਹੈ ਜੀ ਕੁੜੇ ਆ ਗਈ ਏ, ਨਾ ਤੇ ਕੁਛ ਬੋਲਣ ਨਾ ਬੋਲਣ, ਤੇ ਦੁੱਧ ਨਾ ਦੱਬ, ਕੋਈ ਕੰਮ ਕਾਰੋਬਾਰ ਨਹੀਂ ਸੀ ਕਰਨਾ ਕੋਈ, ਉਤਰਾ ਆ ਗਈ ਏ ਘਰ ਕੀ ਆਈ, ਉਤਰਾ ਕਿੱਥੋਂ ਆਈ ਏ ਮਾਤਾ, ਕੰਮ ਕਰਕੇ ਹੀ ਪਾਲਣ, ਤੁਸੀਂ ਵੀ ਥੋੜਾ ਬਹੁਤਾ ਬਾਹਰੋਂ ਲੈ ਆਇਆ ਕਰੋ, ਮੈਂ ਕੱਲੀ ਕੀ ਕਰਾਂ, ਹੈਂ ਮੈਂ ਕਿੱਦਾਂ ਸਾਰੇ ਟੱਬਰ ਦਾ ਢਿੱਡ ਭਰਾਂ ਕੱਲੀ, ਮੈਂ ਤਾਂ ਕੰਮ ਤੇ ਵੀ ਨੀ ਸਵੇਰ ਤੋਂ ਜਾਇਆ ਕਰਨਾ, ਮੇਰਾ ਕੰਮ ਬੰਦ ਹੋ ਗਿਆ ਵਾ, ਹੁਣ ਕਿੱਥੋਂ, ਤੁਸੀਂ ਚੰਗਾ ਜੰਮਦੇ ਤੇ ਆਪੇ ਨਾ ਇੱਥੋਂ ਤੱਕ ਸਿਆਪੇ ਪੈਂਦੇ, ਮੈਂ ਕੀ ਕਰਾਂ ਕੱਲੀ ਹੁਣ, ਮੈਨੂੰ ਕਹਿੰਦਾ ਕੰਮ ਤੋਂ ਕੱਢ ਤਾ ਵਾ, ਕਰ ਦਿੱਤਾ ਨਾ ਮੇਰੇ ਕੋਲ ਗਿੱਟੇ ਨਾ ਗੋਡੇ, ਮੈਂ ਕਾਹਦਾ ਕੰਮ ਕਰਾਂ, ਮੈਂ ਨੀ ਕਰਨਾ ਤੇ ਨਾ ਮੇਰੇ ਕੋਲ ਹੋਣਾ ਹੀ ਆ, ਕਿਉਂ ਕਰ ਦਿੱਤਾ, ਤੈਨੂੰ ਕਿਹੜੀ ਗੱਲ ਕਰ ਦਿੱਤਾ, ਕੀ ਦੱਸਾਂ ਤੈਨੂੰ, ਕੀ ਦੱਸਾਂ, ਆਉਂਦੀ ਵੀ ਸ਼ਰਮ, ਕੰਮ ਤੇ ਮੈਂ ਮਾੜਾ ਕੀਤਾ, ਮੈਂ ਕੀਤੀ ਉਹਨਾਂ ਘਰੋਂ ਚੋਰੀ, ਤੁਹਾਡੇ ਦੋ ਗੰਢੇ ਚੁੱਕ ਲਏ, ਹੈ ਨੀ ਸੀ ਰਾਤੀ ਵੀ, ਮੈਂ ਬਿਨਾਂ ਗੰਢਿਆਂ ਤੋਂ ਦਾਲ ਧਰੀ ਚੌਲਾਂ ਦੀ ਸਬਜ਼ੀ, ਤੇ ਮੈਂ ਥੋੜੇ ਜਿਹੇ ਪੈਸੇ, ਮੈਨੂੰ ਪਤਾ ਲੱਗ ਗਿਆ ਵੀ ਉੱਥੇ ਪੈਸੇ ਰੱਖੇ, ਮੈਂ 500 ਰੁਪਈਆ ਵੀ ਲੈ ਲਿਆ ਉਹਨਾਂ ਦਾ ਅਲਮਾਰੀ ਚੋਂ, ਤੇ ਮੈਂ ਦੋ ਗੰਢੇ ਵੀ, ਉਹ ਕਿਤੇ ਨਿੱਕੀ ਦੀਦੀ ਨੇ ਵੀਡੀਓ ਬਣਾ ਲਈ ਮੈਨੂੰ ਵੇਖ ਲਿਆ, ਤੇ ਉਹਨਾਂ ਨੇ ਮੈਨੂੰ ਕੱਢਤਾ ਵੀ ਤੂੰ ਤੇ ਚੋਰੀਆਂ ਕਰਦੀ ਆ, ਤੇ ਮੈਂ ਤੇ ਚੋਰੀ ਕੀਤੀ ਮਜਬੂਰੀ ਨੂੰ, ਤੁਹਾਡੇ ਸਾਹਮਣੇ ਮੈਂ 10 ਸਾਲ ਹੋ ਗਏ, ਮੈਂ ਕਦੀ ਕਿਸੇ ਦੀ ਚੀਜ਼ ਨੀ ਲਾਈ, ਤੇ ਮੈਨੂੰ ਮਜਬੂਰੀ ਨੂੰ ਚੋਰੀ ਕਰਨੀ ਪੈ ਗਈ, ਜੇ ਤੁਹਾਡਾ ਪੁੱਤ ਚੰਗਾ ਹੁੰਦਾ ਕੋ ਕਮਾ ਕੇ ਲਿਆਉਂਦਾ, ਮੈਂ ਆਪੇ ਨਾ ਚੋਰੀ ਕਰਦੀ, ਤੇ ਮੈਂ ਕੱਲੀ ਕਿਹਦਾ ਕਿਹਦਾ ਢਿੱਡ ਭਰਾਂ 1500 ਦੇ ਨਾਲ, ਮੈਂ ਤੇ ਤੇਰਾ ਸਾਰੇ ਡੇਰੇ ਤੇ ਬਾੜ ਬਣਾਇਆ, ਤੂੰ ਫਿਰ ਇਹ ਕੰਮ ਕਰਨਾ ਕਿ ਉਸੇ ਤੂੰ ਪੈਸੇ ਨਹੀਂ ਸੀ ਕੱਢਣੇ, ਨਾ ਚੋਰੀ ਗੰਢਾ ਫੜਨਾ, ਚੁੱਪ ਕਰਕੇ ਆ ਜਾਂਦੀ ਨੂੰ, ਕਿਵੇਂ ਆ ਜਾਂਦੀ, ਕੀ ਲੈ ਕੇ ਆਇਆ ਕਰਾਂ, ਕੀ ਕਵਾਵਾਂ, ਰਾਤੀ ਵੀ ਬਿਨਾਂ ਗੰਢਿਆਂ ਤੋਂ, ਨਾ ਨਿਆਣੀਆਂ ਭੁੱਖੀਆਂ ਰਹਿੰਦੀਆਂ ਵਾ, ਕਿਹਦਾ ਕਿਹਦਾ ਸੌਦਾ ਲਿਆਵਾਂ, ਕੀ ਬਣੂ ਮੇਰੇ 1500 ਦੇ ਨਾਲ, ਹੈ ਇਹ ਤਾਂ ਮੈਨੂੰ ਮਜਬੂਰ ਕਰਤਾ ਤੁਸੀਂ, ਸਾਰੇ ਜਾਣੇ ਕੰਮ ਕਰੋ, ਮੈਂ ਕੱਲੀ ਕਿਤੇ ਕਿਤੇ ਕੋਈ ਜਾਵਾਂ, ਮੈਨੂੰ ਤੇ ਕੰਮ ਨੀ ਜੇ ਮਿਲਣਾ, ਹੁਣ ਤੁਸੀਂ ਸੋਚ ਲਓ ਕੀ ਕਰਨਾ, ਮੈਨੂੰ ਤਾਂ ਉਹਨਾਂ ਜੇ ਲਾਗੇ ਲਾਗੇ ਦੱਸਤਾ ਕਿਸੇ ਨੇ ਵੀ ਨੀ ਕੰਮ ਦੇਣਾ, ਆਹੋ ਮੈਨੂੰ ਤਾਂ ਸਾਰਿਆਂ ਕੱਢ ਦੇਣਾ ਜਿਹੜਾ ਦੋ ਘਰਾਂ ਦਾ, ਮੈਨੂੰ ਨੀ ਉਮੀਦ, ਮੇਰਾ ਤੇ ਜੀ ਨੀ ਕਰਦਾ, ਮੇਰਾ ਤਾਂ ਸਰੀਰ ਕੱਚਾ ਜਿਹਾ ਪਿਆ ਪਿਆ, ਮੇਰਾ ਤਾਂ ਜੀ ਨੀ ਕਰਦਾ ਵੀ ਕਿਹਨੂੰ ਜਾਵਾਂ, ਹੁਣ ਸੋਚੋ ਕੀ ਕਰਨਾ, ਚੋਰੀ ਮੈਂ ਸੁੱਖ ਨੂੰ ਕੀਤੀ ਆ, ਚੋਰੀ ਤੇ ਮੈਂ ਕੀਤੀ ਆ, ਗਰੀਬੀ ਕਿੱਥੋਂ ਉਠਾਵਾਂ, ਕਿਵੇਂ ਕਰਾਂ, 10 ਸਾਲ ਹੋ ਗਏ ਇਮਾਨਦਾਰੀ ਨਾਲ, ਕੀ ਬਣ ਗਿਆ ਮੇਰਾ ਇਮਾਨਦਾਰੀ ਨਾਲ 1500 ਦੇ ਨਾਲ, ਤੇ ਰੱਬ ਵੀ ਸਾਡੇ ਖੱਤੇ ਪਿਆ, ਕੀ ਕਰੀਏ, ਗਰੀਬੀ ਨੇ ਕਰਾਈ ਅਸੀਂ ਕੀਤੀ, ਮੈਂ ਮਜਬੂਰੀ ਨੂੰ ਕਰ ਲਈ ਚੋਰੀ, ਮੈਥੋਂ ਨਹੀਂ ਵੇਖੀਆਂ ਜਾਂਦੀਆਂ ਨਿਆਣੀਆਂ ਭੁੱਖੀਆਂ, ਤੂੰ ਚੋਰੀ ਕੀ ਕਰਨੀ ਸੀ, ਮੈਂ ਤਾਂ ਸਾਰੀ ਉਮਰ ਕਿਸੇ ਦਾ ਨਾ ਬਾਲਣ ਨਾ ਚੋਰੀ ਮੈਂ ਕੀਤੀ ਨੀ, ਮਾੜੇ ਪਾ ਲਿਆ ਥੋੜਾ ਖਾ ਲਿਆ, ਚੋਰੀ ਨੀ ਮੈਂ ਕੀਤੀ, ਤੇ ਕਮਲੀਏ ਤੂੰ ਕਾਹਨੂੰ ਕਰਨੀ ਸੀ, ਮੈਂ ਕਿਹੜਾ ਆਖਿਆ ਵੀ ਨਵੇਂ ਪਾਉਣ ਦੇ ਆ, ਮੈਂ ਢਿੱਡ ਭਰ ਨੂੰ ਚੋਰੀ ਕੀਤੀ, ਮੈਂ ਕਿਹੜਾ ਆਖਿਆ ਵੀ ਮੈਂ ਨਵੇਂ ਸੂਟ ਪਾ ਲਾ, ਮੰਮੀ ਤੇ ਮਾੜੇ ਟਾਕੀਆਂ ਵਾਲੇ ਪਾ ਕੇ ਤੁਰੀ ਫਿਰਦੀ ਆ, ਰੁੱਖੀਆਂ ਰੋਟੀਆਂ ਕੁੜੀਆਂ ਨੇ ਇੱਕ ਇੱਕ ਦੇ ਦੇਣੀਆਂ, ਤੇ ਆਏ ਨੂੰ ਵੀ ਤੂੰ ਆਉਂਦਾ ਮੱਥਾ ਅੱਡਾ ਅੱਡਾ ਮੰਨੂਆ, ਤੇ ਉਹਨੂੰ ਪਤਾ ਲੱਗਦਾ ਮੈਂ ਕਰਦਾ ਕੱਖ ਨੀ, ਮੈਨੂੰ ਕੀ ਪਤਾ ਕੀ ਹੋ ਗਿਆ ਮੇਰੇ ਦਿਮਾਗ ਨੂੰ, ਮੈਂ ਤੇ ਆਪ ਪਛਤਾਉਣ ਦੇ, ਹੁਣ ਕਿੱਥੇ ਜਾਵਾਂਗੇ, ਕੀ ਕਰਾਂਗੇ, ਆਪਾਂ ਨੂੰ ਕੌਣ ਲਿਆ ਕੇ ਦਊਗਾ, ਕੋਈ ਵੀ ਨਾ, ਹੁਣ ਤੇ ਜਾਂ ਤੁਸੀਂ ਮੇਰੇ ਨਾਲ ਚੱਲਿਓ, ਉਹਨਾਂ ਨੂੰ ਕਿਹਾ ਵੀ ਮੇਰੇ ਤੋਂ ਗਲਤੀ ਹੋ ਗਈ, ਗਾਂ ਇਹ ਕੰਮ ਮੈਂ ਨਹੀਂ ਕਰਦੀ, ਮੇਰੀ ਗਰੰਟੀ ਵੀ ਮੈਨੂੰ ਕੰਮ ਦੇ ਦੋ, ਮੈਂ ਤਾਂ ਬਥੇਰਾ ਹੱਥ ਪੱਲਾ ਜੋੜਿਆ ਵੀ ਗਾਂ ਕਿਸੇ ਕੋ ਨਾ ਨਾ ਲਿਓ, ਵੀ ਮੈਂ 10 ਸਾਲ ਹੋ ਗਏ ਕਦੀ ਚੋਰੀ ਕੀਤੀ ਨੀ, ਮੈਂ ਤੇ ਆਪ ਨੀ ਕਦੀ ਮਾਤਾ ਕੁਛ ਲਾਇਆ ਕਿਸੇ ਦਾ, ਤੇ ਅੱਜ ਮੈਨੂੰ ਕੀ ਪਤਾ ਕੀ ਹੋ ਗਿਆ, ਕੀਤਿਆਂ ਨੀ ਘਰ ਵੀਰ ਬੰਦ ਦੇ, ਕੋਈ ਲੋੜ ਹੀ ਨੀ, ਗਾਂ ਨੀ ਚੋਰੀ ਕਰਨੀ, ਹੱਥ ਪੱਲਾ ਜੋੜ ਤੇ ਆਖ ਮੈਨੂੰ ਮਿਹਨਤ ਦਾ ਕੰਮ ਦਿਓ, ਤੇ ਮੈਨੂੰ ਓਨਾ ਕੁ ਦਿਓ ਜਿੰਨਾ ਕੁ ਫਿਰ ਮੈਂ ਆਪੇ ਜਿੰਨਾ ਕੁ ਲਿਆਉਂਦਾ ਓਨਾ ਕੁ ਮੈਂ ਗੁਜ਼ਾਰਾ ਕਰਦਾ, ਤੇ ਚੋਰੀ ਗਾਹ ਕਿਸੇ ਦਾ ਕੋਈ ਚੀਜ਼ ਨੀ ਛੇੜਨੀ,
ਠੀਕ ਮਾਤਾ ਮੈਂ ਕੋਈ ਚੋਰੀ ਨੀ ਕਰਦੀ ਪਰ ਇੱਕ ਮੇਰੇ ਨਾਲ ਸਵੇਰੇ ਚੱਲਿਓ ਉਹਨਾਂ ਗਾੜੀ ਹੱਥ ਪੱਲਾ ਜੋੜ ਕੇ ਮੇਰਾ ਨਾ ਕੰਮ ਮੈਨੂੰ ਆਪ ਪਤਾ ਨੀ ਕੀ ਹੋ ਗਿਆ ਮੈਂ ਕਦੀ ਨੀ ਕਰਦੀ ਹੁਣ ਇਹ ਕੰਮ ਮੇਰੇ ਕੰਨਾਂ ਨੂੰ ਹੱਥ ਲਾ ਕੇ ਮੈਂ ਕਦੀ ਨਾ ਮੈਂ ਕਦੀ ਕੋਈ ਬਾਲਾਂ ਦਾ ਪੀਲਾ ਵੀ ਨਾ ਲਾਵਾਂ ਕਿਸੇ ਦਾ ਪੁੱਛੇ ਤੋਂ ਬਗੈਰ ਤਾਂ ਤੁਸੀਂ ਮੇਰੇ ਨਾਲ ਜਾਇਓ ਜ਼ਰੂਰ ਉਹਨਾਂ ਮੈਨੂੰ ਨੀ ਓਦਾਂ ਵਾੜਨਾ ਤੁਸੀਂ ਜਾਇਓ ਪਹਿਲਾਂ ਕਿ ਮੇਰੇ ਨਾਲ ਉਹਨੂੰ ਕੰਮ ਦੇ ਦੋ ਵੀ ਅਸੀਂ ਕਿੱਥੇ ਜਾਈਏ ਨਿਆਣੀਆਂ ਭੁੱਖੀਆਂ ਸਵੇਰੇ ਮੈਂ ਆਖੂ ਆਹੋ ਸਵੇਰੇ ਕੰਮ ਦੇ ਦੋ ਚੱਲ ਉਹਨੂੰ ਦੇ ਦੋ ਜਿੰਨਾ ਕਰਦੀ ਸੀ ਗਾਂ ਚੋਰੀ ਨਾ ਕਰੀ ਨਾ ਨਾ ਮੈਂ ਚੋਰੀ ਨੀ ਮਤ ਕਰ ਨਾ 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 ਚੋਰੀ ਦੀ ਬਰਕਤ ਨੀ ਵੀਰ ਪੈਂਦੀ ਮੈਨੂੰ ਹੱਥ ਲੱਗ ਗਿਆ ਮੈਂ ਮਿਹਨਤ ਵਾਲੀ ਤੋਂ ਵੀ ਗਈ ਚੋਰੀ ਕਰਕੇ ਬਹੁਤਾ ਖਾਂਦੀ ਖਾਂਦੀ ਥੋੜਿਆਂ ਤੋਂ ਵੀ ਗਈ ਥੋੜਿਆਂ ਵੀ ਜਾਂਦੀ ਮੈਨੂੰ ਨਹੀਂ ਪਤਾ ਮੈਂ ਨਾ ਕਰਦੀ ਚੱਲ ਮੈਂ ਕੀ ਕਰਾਂ ਹੁਣ ਬਾਲਣ ਵੀ ਹੈ ਨੀ ਮੇਰਾ ਤਾਂ ਅੱਜ ਜੀ ਨੀ ਕਰਦਾ ਕਿਤੇ ਮੈਂ ਵੀ ਨੀ